ਸਾਡਾ ਹੀ ਬਣਾਇਆ ਹੋਇਆ ਬੰਦਾ ਸਾਨੂੰ ਹੀ ਨਹੀਂ ਪੁੱਛਦਾ, ਇਹ ਤਾਂ ਵੱਡਾ ਦੁੱਖ ਹੋਰ ਕੀ ਹੋਊਗਾ ਸਾਨੂੰ। ਹਰ ਇੱਕ ਦੀ ਆਵਾਜ਼ ਆ, ਕੋਈ ਬੋਲ ਸਕਦਾ ਜੇ ਯਾਰ ਸਾਡਾ ਲੀਡਰ ਮਾੜਾ ਕੰਮ ਕਰਨ ਦਿਆ ਆ ਤੇ ਅਸੀਂ ਉਹਨੂੰ ਕਹਾਂਗੇ ਮਾੜਾ ਕੰਮ ਕਰਨ ਦਿਆ। ਗੂੰਗੇ ਤੇ ਹੈ ਨਹੀਂ ਆ ਕਿ ਅੰਨੇ ਤੇ ਹੈਗੇ ਨਹੀਂ ਆ ਕਿ ਅਸੀਂ ਵੇਖੀ ਜਾਈਏ ਤੇ ਉੱਦਾਂ ਹੀ ਮਤਲਬ ਲੰਘ ਜਾਈਏ ਅਲੱਗ ਹੁੰਦੀ। ਕੋਈ ਇੱਕ ਜਗ੍ਹਾ ਦੱਸਦੇ ਕਿ ਅਸੀਂ ਕਿਸੇ ਨੂੰ ਖਰਾਬੀ ਕੀਤੀ ਆ ਜਾਂ ਇੰਨੀ ਜਗ੍ਹਾ ਤੋਂ ਅਸੀਂ ਲੰਘ ਕੇ ਆ ਗਏ ਹਾਂ ਤੇ ਜੇ ਅਸੀਂ ਇੱਥੇ ਜਾ ਕੇ ਸ਼ਾਂਤਮਈ ਬਹਿ ਜਾਂਗੇ ਤੇ ਸਰਕਾਰ ਨੂੰ ਕੀ ਆ? ਮਤਲਬ ਸਾਡੀ ਹੀ ਚੀਜ਼ ਤੋਂ ਸਾਨੂੰ ਹੀ ਨਹੀਂ ਲੰਘਣ ਦਿੱਤਾ ਜਾ ਰਿਹਾ। ਉਸ ਦਿਨ ਆਪਾਂ ਗਾਂਹ ਵਧਣ ਲੱਗੇ ਹਾਂ ਤੇ ਆਪਣੇ ਹੱਥ ਦੇ ਵਿੱਚ ਕੀ ਸੀ? ਗੋਲੀਆਂ ਮਾਰੀਆਂ ਗਈਆਂ ਸਿੱਧੀਆਂ ਟਰਾਲੀਆਂ ਦੇ ਵਿੱਚ। ਵੇਖੋ ਤੁਸੀਂ ਕਿਹੜੇ ਬੰਬ ਰੱਖੇ ਆ ਇੱਥੇ, ਮੇਰਾ ਕੋਈ ਕੈਮਰੇ ਵਿੱਚ ਝਾਤੀ ਤੇ ਮਾਰੋ। ਮਤਲਬ ਕੀ ਸਰਕਾਰਾਂ ਕਹੀ ਜਾਂਦੀਆਂ ਕੋਈ ਪਤਾ ਨਹੀਂ ਲੱਗਦਾ। ਕੀ ਨਾਮ ਹੈ ਜੀ ਆਪਣਾ? ਮੇਰਾ ਨਾਮ ਮਨਪ੍ਰੀਤ ਸਿੰਘ। ਕਿਹੜੇ ਏਰੀਏ ਤੋਂ ਆਪਾਂ ਜੀ? ਆਪਾਂ ਤਰਨ ਤਾਰਨ ਏਰੀਏ ਤੋਂ ਆਏ ਹਾਂ, ਪਿੰਡ ਸ਼ਾਹਪੁਰਾ। ਕਿਹੜੀ ਜਥੇਬੰਦੀ ਨਾਲ ਆਏ ਜੀ? ਆਪਾਂ ਕਿਸਾਨ ਯੂਨੀਅਨ ਨਾਲ ਆਏ ਹਾਂ। ਅੱਛਾ ਜੀ, ਅੱਜ ਦੀ ਇੱਥੇ ਕੀ ਸਥਿਤੀ ਹੈ? ਅੱਜ ਇੱਥੇ ਮਤਲਬ ਕਿ ਜਿਹੜਾ ਮਹਿਲਾ ਦਿਵਸ ਮਨਾਇਆ ਜਾਂਦਾ ਆ ਉਹਦੇ ਸੰਬੰਧ ਵਿੱਚ ਆਪਾਂ ਬੀਬੀਆਂ ਦਾ ਇੱਥੇ ਇਕੱਠ ਕੀਤਾ ਸੀ। ਮਤਲਬ ਸਰਕਾਰ ਨੂੰ ਵਿਖਾਇਆ ਆ ਕਿ ਮਤਲਬ ਕਿ ਅਸੀਂ ਸਾਡੀਆਂ ਜਿਹੜੀਆਂ ਬੀਬੀਆਂ ਉਹ ਵੀ ਇੱਥੇ ਆ ਸਕਦੀਆਂ ਧਰਨੇ ਦੇ ਵਿੱਚ। ਜਿੱਦਾਂ ਕਹਿੰਦੇ ਆ ਕਿ ਅਸੀਂ ਅੱਤਵਾਦੀ ਹਾਂ ਜਾਂ ਕੁਝ ਵੀ ਆ। ਟਰਾਲੀਆਂ ਦੇ ਵਿੱਚ ਵੇਖੋ ਤੁਸੀਂ ਕਿਹੜੇ ਬੰਬ ਰੱਖੇ ਆ ਇੱਥੇ, ਮੇਰਾ ਕੋਈ ਕੈਮਰੇ ਵਿੱਚ ਝਾਤੀ ਤੇ ਮਾਰੋ। ਮਤਲਬ ਕੀ ਸਰਕਾਰਾਂ ਕਹੀ ਜਾਂਦੀਆਂ ਕੋਈ ਪਤਾ ਨਹੀਂ ਲੱਗਦਾ। ਯਾਨੀ ਕਿ ਇੱਥੇ ਕਿੰਨੀ ਕੁ ਗਿਣਤੀ, ਕਿੰਨੀ ਕੁ ਹੋਊਗੀ ਗਿਣਤੀ ਬੀਬੀਆਂ ਦੀ ਜਿਹੜੀ ਅੱਜ ਇੱਥੇ ਆਪਣੇ ਧਰਨੇ 'ਚ ਸ਼ਾਮਲ ਹੋਈਆਂ ਨੇ? ਗਿਣਤੀ ਤੇ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਕਿ ਕਿੰਨੀ ਕੁ ਆ, ਪਤਾ ਹੀ ਨਹੀਂ ਲੱਗਦਾ। ਸਾਰੀ ਅੰਦਾਜ਼ਾ ਹੀ ਕੋਈ ਨਹੀਂ ਇੱਥੇ ਗਿਣਤੀ ਕਿੰਨੀ, ਮਤਲਬ ਸਾਰਾ ਉਹ ਜਿਹੜਾ ਪਰਲੀ ਏਰੀਆ ਸਾਰਾ ਭਰਿਆ ਪਿਆ ਸੀ ਤੇ ਇਸ ਤੋਂ ਵੀ ਵੱਧ ਹੁਣ ਜੇ ਸਰਕਾਰਾਂ ਨਹੀਂ ਮੰਨਣਗੀਆਂ ਤੇ ਫਿਰ ਇਹ ਤੋਂ ਵੀ ਜ਼ਿਆਦਾ ਪ੍ਰਬੰਧ ਕਰਾਂਗੇ ਗਾਂ। ਤੁਹਾਡੀ ਕੀ ਨੀਤੀ ਹੈ ਜੀ ਅੱਗੇ ਵਧਣ ਦੀ, ਕਿਵੇਂ ਆਪਾਂ ਨੂੰ ਅੱਗੇ ਵਧਿਆ ਜਾ ਸਕਦਾ? ਵੇਖੋ ਸਭ ਤੋਂ ਪਹਿਲੀ ਤਾਂ ਗੱਲ ਇਹ ਹੈ ਕਿ ਇਹ ਜਥੇਬੰਦੀਆਂ ਨੂੰ, ਬਾਕੀ ਜਿੰਨੀਆਂ ਜਥੇਬੰਦੀਆਂ ਉਹਨਾਂ ਨੂੰ ਵੀ ਚਾਹੀਦਾ ਕਿ ਸਾਡੇ ਨਾਲ ਜੁੜੋ। ਸਾਰੀਆਂ ਜਥੇਬੰਦੀਆਂ ਦਾ ਸਾਂਝਾ ਕੰਮ ਹੋਣਾ ਚਾਹੀਦਾ ਆ, ਇੱਕ ਹੀ ਝੰਡਾ ਹੋਣਾ ਚਾਹੀਦਾ ਸਾਡੇ ਹਿਸਾਬ ਨਾਲ ਤੇ, ਕਿ ਕਿਹੜੀਆਂ ਇਹਨਾਂ ਨੇ ਇਕੱਲਿਆਂ ਨੇ ਵਿਚਾਰਿਆਂ ਨੇ ਜ਼ਮੀਨਾਂ ਲੈ ਕੇ ਦੇਣੀਆਂ, ਬਾਕੀਆਂ ਦਾ ਵੀ ਫਰਜ਼ ਬਣਦਾ ਨਾ ਕਿ ਅਸੀਂ ਆਈਏ ਨਾਲ। ਇਕੱਲਾ ਆਪਾਂ ਮੁੱਦਾ ਹੀ ਨਾ ਰੱਖੀਏ ਕਿ ਮਤਲਬ ਕਿ ਪੈਸੇ ਦਾ ਮੁੱਦਾ ਜਾਂ ਹੋਰ ਵੀ ਕੋਈ ਮੁੱਦੇ ਆ, ਇਹ ਛੱਡ ਦੇਣੇ ਚਾਹੀਦੇ ਮੁੱਦੇ। ਇੱਕ ਸਾਂਝਾ ਆਪਾਂ ਨੂੰ ਕੋਈ ਆਗੂ ਦੇਣਾ ਚਾਹੀਦਾ, ਮਤਲਬ ਕਿ ਜਿਹਦੇ ਆਪਾਂ ਥੱਲੇ ਲੜੀਏ, ਲੜ ਕੇ ਜਿੱਦਾਂ ਵੀ ਆਪਣੇ ਆਗੂ ਕਹਿਣਗੇ ਜੇ ਸ਼ਾਂਤਮਈ ਕਹਿਣਗੇ ਤੇ ਸ਼ਾਂਤਮਈ ਬਾਹਾਂਗੇ ਤੇ ਉਦਣ ਆਪਾਂ ਗਾਂਹ ਵਧਣ ਲੱਗੇ ਹਾਂ ਤੇ ਆਪਣੇ ਹੱਥ ਦੇ ਵਿੱਚ ਕੀ ਸੀ? ਗੋਲੀਆਂ ਮਾਰੀਆਂ ਗਈਆਂ ਸਿੱਧੀਆਂ ਤੇ ਆਪਣੇ ਬਾਰਡਰ ਸੀਲ ਕੀਤੇ ਗਏ ਆ। ਹੁਣ ਉੱਥੇ ਜਾ ਕੇ ਆਪਾਂ ਬਾਰਡਰ, ਅਟਾਰੀ ਵਾਲਾ ਬਾਰਡਰ ਵੇਖੀਏ ਤੇ ਉੱਥੇ ਕੀ ਮਾਹੌਲ ਆ, ਤੇ ਇੱਥੇ ਵੇਖੀਏ ਕੀ ਮਾਹੌਲ ਆ, ਕੀ ਇਹ ਪੱਖ ਜਾਣਦਿਆ ਦੁਨੀਆਂ ਦੇ ਵਿੱਚ। ਇਹਨਾਂ ਨੇ ਯਾਨੀ ਕਿ ਆਪਾਂ ਨੂੰ ਇਹ ਇੱਕ ਤਰ੍ਹਾਂ ਦਾ, ਤੁਹਾਡੇ ਕਹਿਣ ਦਾ ਮਤਲਬ ਇਹ ਹੈ ਵੀ ਆਪਾਂ ਨੂੰ ਇਹ ਅੱਤਵਾਦੀ ਦੇ ਤੌਰ ਤੇ ਦੇਖਦੇ ਨੇ? ਵੇਖੋ ਜੀ, ਸਰਕਾਰਾਂ ਨੇ ਸਾਨੂੰ ਕਿਹਾ ਹੀ ਅੱਤਵਾਦੀ ਅੱਜ ਤੱਕ, ਤੇ ਇਹਦੇ ਸਰਕਾਰਾਂ ਨੇ ਜੱਜ ਕਰਦੇ ਹੁੰਦੇ ਆ ਕਿ ਅਸੀਂ ਕੌਣ ਆ, ਇਹ ਤੇ ਦੁਨੀਆਂ ਦੱਸੂਗੀ ਅਸੀਂ ਕੌਣ ਆ। ਇਹ ਜਿੱਥੇ ਭੀੜ ਪੈਂਦੀ ਆ ਇਹ ਕੌਮ ਆਪੇ ਪਹੁੰਚ ਜਾਂਦੀ ਹੁੰਦੀ ਆ। ਇਹ ਵੇਖੋ ਕੋਈ ਅੱਤਵਾਦੀਆਂ ਵਾਲੇ ਕਿਹਦੇ ਚਿਹਰੇ ਆ ਇੱਥੇ, ਕਿੰਨੀਆਂ ਅੱਜ ਧੀਆਂ ਭੈਣਾਂ ਆਈਆਂ, ਜੇ ਏਡੇ ਅੱਤਵਾਦੀ ਆ ਤੇ ਨਿੱਕੇ ਨਿੱਕੇ ਬੱਚੇ ਇੱਥੇ ਕੀ ਕਰਦੇ ਫਿਰਦੇ ਆ? ਟਰਾਲੀਆਂ ਦੇ ਵਿੱਚ ਵੇਖੀਏ ਕਿ ਆਪਾਂ ਆਉਂਦੇ ਆ ਕਿ ਮਤਲਬ ਇਹ ਟੈਂਕ ਆ ਜਦੋਂ ਇਹ ਪੈਦਾ ਕਰਕੇ ਦਿੰਦਾ ਕਿਸਾਨ ਦਾ ਸੰਦ ਟਰੈਕਟਰ, ਉਹ ਕਿਹੜਾ ਕਿਹੜਾ ਦੂਜਾ ਆ ਟੈਂਕ ਕਿਹੜਾ ਆ ਇਹਨੂੰ, ਹੁਣ ਇਹਨਾਂ ਨੂੰ ਅੱਜ ਟੈਂਕ ਦੀਦਾ ਆ ਇਹ। ਇਸ ਕਰਕੇ ਇਹਨੂੰ ਖੜਦੇ ਹਾਂ ਆਪਾਂ ਕਿ ਉੱਥੇ ਸਾਨੂੰ ਹੁਣ ਸਾਡੇ ਕੋਲ ਐਡਾ ਵੱਡਾ ਬਜਟ ਨਹੀਂ ਹੈਗਾ ਕਿ ਉੱਥੇ ਜਾ ਕੇ ਅਸੀਂ ਜੇ ਉੱਥੇ ਰਹਾਂਗੇ ਆਪਣੇ ਤੰਬੂਆਂ ਦਾ ਇੰਤਜ਼ਾਮ ਕਰਾਂਗੇ, ਅਸੀਂ ਆਪਣੀ ਟਰਾਲੀ 'ਚ ਪੈ ਦੇ ਸਜਾਵਾਂਗੇ ਲੰਮੇ ਸ਼ਾਂਤਮਈ ਜਾਣਦੇ ਹਾਂ। ਵੇਖੋ ਅਸੀਂ ਉੱਥੋਂ ਪਿੱਛੋਂ ਆਏ ਹਾਂ, ਕੋਈ ਇੱਕ ਜਗ੍ਹਾ ਦੱਸਦੇ ਕਿ ਅਸੀਂ ਕਿਸੇ ਨੂੰ ਖਰਾਬੀ ਕੀਤੀ ਆ ਜਾਂ ਇੰਨੀ ਜਗ੍ਹਾ ਤੋਂ ਅਸੀਂ ਲੰਘ ਕੇ ਆ ਗਏ ਹਾਂ ਤੇ ਜੇ ਅਸੀਂ ਇੱਥੇ ਜਾ ਕੇ ਸ਼ਾਂਤਮਈ ਬਹਿ ਜਾਂਗੇ ਤੇ ਸਰਕਾਰ ਨੂੰ ਕੀ ਆ? ਮਤਲਬ ਸਾਡੀ ਹੀ ਚੀਜ਼ ਤੋਂ ਸਾਨੂੰ ਹੀ ਨਹੀਂ ਲੰਘਣ ਦਿੱਤਾ ਜਾ ਰਿਹਾ। ਜਿਹੜੀ ਆਪਣੇ ਪੈਦਲ ਮਾਰਚ ਦੀ ਕਿਹਾ ਗਿਆ ਸੀ ਵੀ ਆਪਾਂ ਪੈਦਲ ਜਾਵਾਂਗੇ ਜਾਂ ਹੋਰ ਬੱਸਾਂ ਟ੍ਰੇਨਾਂ 'ਚ ਜਾਵਾਂਗੇ, ਉਹਦੇ 'ਚ ਵੀ ਕਿਸਾਨ ਗਏ ਨੇ ਅੱਗੇ ਦਿੱਲੀ ਪਹੁੰਚੇ ਨੇ ਕਿ ਨਹੀਂ? ਵੀਰ ਜੀ, ਪਹੁੰਚਣ ਨਹੀਂ ਦਿੱਤਾ ਗਿਆ, ਮਤਲਬ ਕਿ ਉੱਥੇ 44 ਲਾਤੀ ਆ ਟਿਕਟਾਂ ਨਹੀਂ ਦਿੱਤੀਆਂ ਰੇਲਵੇ ਦੇ ਵਿੱਚ, ਜਿਹੜੀਆਂ ਆਪਣੇ ਜਥੇਬੰਦੀਆਂ ਬਾਕੀਆਂ ਨੇ ਜਾਣਾ ਸੀ ਬਾਹਰ ਦੀਆਂ ਸਟੇਟਾਂ ਦੇ ਵਿੱਚੋਂ। ਹੁਣ ਹਰਿਆਣਾ ਆ, ਉੱਥੇ ਜਾ ਕੇ ਵੇਖੀਏ ਕੀ ਬਣਦਿਆ ਆ। ਘਰਾਂ ਦੇ ਵਿੱਚ ਬੰਬ ਮਾਰਨ ਦਾ ਜਿੱਥੇ
ਮਤਲਬ ਕਿ ਇੱਥੋਂ ਤੱਕ ਕਹਿਣ ਦਿਆ ਕਿ ਤੁਹਾਡੇ ਪਾਸਪੋਰਟ ਰੱਦ ਕਰ ਦਾਂਗੇ ਯਾਰ, ਕਿਉਂ? ਆਪਾਂ ਇੱਥੇ ਡੈਮੋਕ੍ਰੇਸੀ ਆ ਦੇਸ਼ ਦੇ ਵਿੱਚ, ਕਹਿੰਦੇ ਆ ਕਿ ਅਸੀਂ ਤਾਂ ਹਰ ਇੱਕ ਦੀ ਆਵਾਜ਼ ਆ, ਕੋਈ ਬੋਲ ਸਕਦਾ। ਜੇ ਯਾਰ ਸਾਡਾ ਲੀਡਰ ਮਾੜਾ ਕੰਮ ਕਰਨ ਦਿਆ ਆ ਤਾਂ ਅਸੀਂ ਉਹਨੂੰ ਕਹਾਂਗੇ ਮਾੜਾ ਕੰਮ ਕਰਨ ਦਿਆ? ਗੂੰਗੇ ਤਾਂ ਹੈ ਨਹੀਂ ਆ ਕਿ ਅੰਨੇ ਤਾਂ ਹੈਗੇ ਨਹੀਂ ਆ ਕਿ ਅਸੀਂ ਵੇਖੀ ਜਾਈਏ ਅਤੇ ਉੱਦਾਂ ਉੱਦਾਂ ਹੀ ਮਤਲਬ ਲੰਘ ਜਾਈਏ ਲਾਗੋਂ ਦੀ। ਜੇ ਵਧੀਆ ਕੰਮ ਕਰੂਗਾ ਮੋਦੀ ਤਾਂ ਅਸੀਂ ਕਹਾਂਗੇ ਕਿ ਵਧੀਆ ਕੰਮ ਕਰਨ ਦਿਆ। ਹੁਣ ਕੋਈ ਵੀ ਬੰਦਾ ਆ ਵੇਖੋ, ਕੋਈ ਰੇਹੜੀ ਲਾਉਂਦਾ ਆ, ਹੁਣ ਇੱਕ ਕਿੰਨੂ ਬੀਜਦਾ ਬੰਦਾ, ਉਹ ਵੇਖੋ ਜੀ ਜੱਟ ਦੇ ਕਿੰਨੂ 5 ਰੁਪਏ ਵੇਗੇ ਆ, ਉਹ ਐਮ ਐਸ ਪੀ ਕਹਿੰਦੇ ਕਿ ਹੁਣ ਉਹਨੂੰ ਜੱਟ ਨੂੰ ਵਿਚਾਰੇ ਨੇ 6 ਮਹੀਨੇ ਸਾਂਭੇ ਆ, ਉਹਨੇ ਕਾਂ ਡਾਏ ਆ, ਸਾਰਾ ਕੁਝ ਕੀਤਾ ਵਿਚਾਰੇ ਨੇ, ਪਾਣੀ ਲਾਇਆ ਉਹਨੂੰ, ਅਤੇ ਇੱਕ ਬੰਨੇ ਉਹਨੇ 5 ਰੁਪਏ ਸੁੱਟ ਕੇ ਆ ਗਿਆ, ਅਤੇ ਰੇਹੜੀ ਵਾਲੇ ਨੇ 25 ਰੁਪਏ ਮਿੰਟੋ ਮਿੰਟ ਡਬਲ ਕਰਕੇ ਵੇਚਤੇ, ਅਤੇ ਸਾਨੂੰ ਕੀ ਫਾਇਦਾ ਆ? ਅਸੀਂ ਤਾਂ ਇਹੋ ਮੰਗ ਕਰਦੇ ਹਾਂ ਕਿ ਸਰਕਾਰ ਸਾਡੀ ਕੋਈ ਸਾਨੂੰ ਪੱਕਾ ਮੁੱਲ ਦੇਵੇ, ਹੁਣ ਆ ਗੜੇ ਪੈ ਗਏ ਆ। ਜਿਹੜੀ ਆਪਣੀ ਪੰਜਾਬ ਸਰਕਾਰ ਹੈ ਇਹ ਨਹੀਂ ਕੁਛ ਕਰ ਰਹੀ, ਵਿੱਚ ਆਪਣੀ ਕੋਈ ਸਹਾਇਤਾ ਦੇ ਨਹੀਂ ਰਹੀ? ਪੰਜਾਬ ਸਰਕਾਰ ਤਾਂ ਵੇਖੋ ਜੀ ਉਹ ਇੱਕ ਨਾ ਜਿੱਦਾਂ ਗੱਲਾਂ ਨਹੀਂ ਕਰਦੇ ਹੁੰਦੇ ਕੋਈ, ਮਤਲਬ ਕਿ ਐਵੇਂ ਛੋਛੇ ਛੱਡੀ ਜਾਂਦਾ, ਛੋਛੇ ਛੱਡੀ ਜਾਂਦਾ ਬਸ, ਕੁਝ ਨਹੀਂ ਉਹ ਕਰ, ਉਹਨੇ ਕੀ ਕਰਨਾ ਵਿਚਾਰੀ, ਉਹਦੇ ਹੱਥ ਵਾਸੀ ਨਹੀਂ। ਉਹ ਤਾਂ ਕਹਿੰਦੇ ਸੀ ਕਿ ਅਸੀਂ 5 ਮਿੰਟ ਦੇ ਵਿੱਚ ਐਮ ਐਸ ਪੀ ਦੇ ਦਾਂਗੇ, ਚੁਟਕੀ ਮਾਰ ਕੇ, ਜਿਵੇਂ ਲੱਗਦਾ ਅਨਮੋਲ ਗਗਨਮਾਨ ਜੀ ਨੇ ਕਿਹਾ ਸੀਗਾ। ਉਹਨੂੰ ਨਾ ਥੋੜ੍ਹਾ ਜਿਹਾ ਚੇਤਾ ਭੁੱਲ ਗਿਆ ਜਾਪਦਾ, ਹੁਣ ਕੋਈ ਗੱਲ ਨਹੀਂ ਆ, ਉਹਨਾਂ ਨੇ ਆਉਣਾ ਫਿਰ ਪਿੰਡਾਂ ਦੇ ਵਿੱਚ, ਉਹਨੂੰ ਪੁੱਛਿਆ ਜਾਊਗਾ ਕਿ ਮਤਲਬ ਤੁਸੀਂ ਐਮ 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 ਗੱਲ ਕਰਦੇ ਹੋ, ਕਿੱਥੇ ਗਈ ਹੋ ਤੁਹਾਡੀ? ਮਤਲਬ ਕਿ ਕਹਿਣ ਦੀਆਂ ਨੀਤੀਆਂ ਹੋਰ ਹੁੰਦੀਆਂ। ਭਗਵੰਤ ਮਾਨ ਨੂੰ ਇੰਨਾ ਚੇਤਾ ਰੱਖ ਲੈਣਾ ਚਾਹੀਦਾ ਕਿ ਜਦੋਂ ਪਿਛਲੀ ਵਾਰੀ ਧਰਨਾ ਲੱਗਾ ਸੀ ਉਹਦੇ ਵਿੱਚੋਂ ਪੈਦਾ ਹੋਇਆ ਸੀ ਭਗਵੰਤ ਮਾਨ, ਮਤਲਬ ਲੋਕਾਂ ਦੇ ਵਿੱਚ ਸਾਡੀ ਆਵਾਜ਼ ਗਈ ਕਿ ਇਹ ਚੀਜ਼ਾਂ ਨੇ ਸਾਨੂੰ ਮਾਰਿਆ ਅਕਾਲੀਆਂ ਕਾਂਗਰਸੀਆਂ ਨੇ, ਅਤੇ ਹੁਣ ਭਗਵੰਤ ਮਾਨ ਵੀ ਆ ਲੱਗਾ ਧਰਨਾ। ਹੁਣ ਜਿਹੜੇ ਨਾ ਉੱਥੇ ਕੱਲ੍ਹ ਸਦਨ 'ਚ ਲੱਗਦਾ ਕੱਲ੍ਹ ਜਾਂ ਪਰਸੋਂ ਸਦਨ 'ਚ ਉਹਨੇ ਕਿਹਾ ਸੀਗਾ ਪ੍ਰਤਾਪ ਬਾਜਵੇ ਨੂੰ ਅੱਖਾਂ 'ਚ ਅੱਖਾਂ ਪਾ, ਹੁਣ ਤੁਸੀਂ ਕੀ ਕਹਿਣਾ ਚਾਹੋਗੇ ਉਹਦੇ ਬਾਰੇ? ਅੱਖਾਂ 'ਚ ਅੱਖਾਂ ਉਹਦੇ ਨੇ ਕੀ ਪਾਉਣੀਆਂ ਜੀ? ਉਹ ਤਾਂ ਵੇਖੋ ਹੁਣ ਜਦੋਂ ਭਾਣੇ ਸਿੱਧੂ ਨੂੰ ਅੰਦਰ ਕੀਤਾ ਸੀ, ਉੱਥੇ ਜਾ ਕੇ ਜਦੋਂ ਬਹਿਸ ਕਰਨ ਲੱਗੇ ਤਾਂ ਉਹ ਜਾ ਕੇ ਉੱਥੇ ਕਹਿੰਦਾ ਕਿ ਮੈਰੀ ਘਰ ਦੀ ਆ, 7 ਮਹੀਨਿਆਂ ਦੀ ਆ ਹੈਗੀ ਆ ਪ੍ਰੈਗਨੈਂਟ, ਅਤੇ ਉਹ ਗੱਲ ਕਰਨ ਯੋਗ ਆ? ਕੋਈ ਕਿੰਨੇ ਆਏ ਆ ਇਹੋ ਜਿਹੀਆਂ ਗੱਲਾਂ ਕਰਨ ਯੋਗ? ਤੁਹਾਨੂੰ ਲੱਗਦਾ ਨਹੀਂ ਉਹ ਕਿਸਾਨਾਂ ਦੀਆਂ ਅੱਖਾਂ 'ਚ ਅੱਖਾਂ ਪਾਉਣ ਯੋਗਾ ਹੁਣ ਰਿਹਾ ਨਹੀਂ? ਨਹੀਂ ਨਹੀਂ ਜੀ, ਉਹ ਤਾਂ ਉਹਦੇ ਬੱਸ ਦੀ ਗੱਲ ਨਹੀਂ ਵਿਚਾਰੇ ਦੀ, ਉਹਨੂੰ ਨਾ ਪਿੱਛੋਂ ਪਟਾ ਜਾਪਦਾ ਚੜ੍ਹਨ ਲੱਗ ਪਿਆ ਆ, ਕੋਈ ਸਾਡਾ ਜਹਾਜ਼ ਆ ਜਦੋਂ ਮਰਜ਼ੀ ਮੂੰਹ ਚੁੱਕ ਕੇ ਆ। ਉਹ ਮੁੱਖ ਮੰਤਰੀ ਨਾ ਜਿਹੜਾ ਕਹਿੰਦਾ ਸੀ ਕਿ ਮੈਂ ਸਕਿਉਰਿਟੀ ਨਹੀਂ ਲੈਣੀ, ਜੇ ਮੈਂ ਆਮ ਘਰ ਦਾ ਪੁੱਤ ਹਾਂ, ਮੈਂ ਜਿੱਥੋਂ ਮਰਜ਼ੀ ਲੰਘ ਜਾਂ ਤਾਂ ਮੈਨੂੰ ਕੀ ਪੀੜ ਹੁੰਦੀ ਆ? ਹੁਣ ਉਹ ਹੀ ਮੁੱਖ ਮੰਤਰੀ ਦੇ ਥੱਲੇ 100-100 ਗੱਡੀ ਤੁਰੀ ਫਿਰਦੀ, ਘਰ ਦੀ ਦੇ ਥੱਲੇ ਤੁਰੀ ਫਿਰਦੀ, ਮਾਂ ਦੇ ਥੱਲੇ ਤੁਰੀ ਫਿਰਦੀ ਆ, ਕੌਣ ਪੁੱਛਦਾ ਜੀ ਭਗਵੰਤ ਮਾਨ ਨੂੰ? ਅਤੇ ਜੇ ਅਸੀਂ ਗੱਲ ਕਰਦੇ ਹਾਂ ਖਲੋ ਕੇ, ਸਾਡਾ ਹੀ ਬਣਾਇਆ ਹੋਇਆ ਬੰਦਾ ਸਾਨੂੰ ਹੀ ਨਹੀਂ ਪੁੱਛਦਾ, ਇਹਦਾ ਵੱਡਾ ਦੁੱਖ ਹੋਰ ਕੀ ਹੋਊਗਾ ਸਾਨੂੰ? ਹੁਣ ਫਿਰ ਮੋਦੀ ਸਰਕਾਰ ਨੂੰ ਕੀ ਸੁਨੇਹਾ ਲਾਉਣਾ ਜੀ ਤੁਸੀਂ? ਮੋਦੀ ਨੂੰ ਤਾਂ ਭਾਈ ਇਹੋ ਹੀ ਸੁਨੇਹਾ ਸਾਡਾ ਕਿ ਵੇਖ ਇੱਕ ਵਾਰੀ ਜੇ ਤੈਨੂੰ ਲੱਗਦੇ ਅੱਤਵਾਦੀਏ, ਤੂੰ ਆ ਕੇ ਇੱਕ ਵਾਰੀ ਇੱਥੇ ਆ ਜਾ ਅਤੇ ਫੈਸਲਾ ਕਰ ਜਾ ਕਿ ਅੱਤਵਾਦੀ ਹੈ ਕਿ ਕੌਣ ਆ। ਜੇ ਕੋਈ ਆਪਣਾ ਹੱਕ ਮੰਗਣ ਨੂੰ ਕੋਈ ਅੱਤਵਾਦੀ ਹੈ ਕਹਿੰਦਾ ਤਾਂ ਫਿਰ ਜੋ ਤੁਹਾਡੀ ਸੋਚ ਆ ਸੱਤ ਆ, ਫਿਰ ਤਾਂ ਤੁਸੀਂ ਵੀ ਅੱਤਵਾਦੀਏ, ਜੋ ਜਿੰਨੇ ਤੁਸੀਂ ਵਾਅਦੇ ਕਰਦੇ ਜੋ ਉਹ ਪੂਰੀ ਨਹੀਂ ਕਰਦੇ। ਤੂੰ ਕਹਿੰਦਾ ਸਾਡੀ ਆ ਡਬਲ ਕਰ ਦਾਂਗਾ 24 ਦੇ ਵਿੱਚ, 24 ਵੀ ਲੰਘ ਗਿਆ। ਪਹਿਲਾਂ ਧਰਨਾ ਲੱਗਿਆ ਸੀਗਾ ਉਹਦੇ 'ਚ ਇਹਨੇ ਕੋਈ ਲਿਖਤੀ ਰੂਪ ਨਹੀਂ ਸੀ ਦਿੱਤਾ ਆਪਾਂ ਨੂੰ, ਜਿਹੜਾ ਅੱਜ ਦੁਬਾਰਾ ਆਪਾਂ ਨੂੰ ਧਰਨਾ ਲਾਉਣਾ ਪੈ ਗਿਆ ਉਰੇ। ਵੇਖੋ ਜੀ ਹੁਣ ਤੁਸੀਂ ਆ, ਹੁਣ ਇੱਥੇ ਆਏ ਜੋ ਸਾਡੇ ਕੋਲ, ਤੁਸੀਂ ਇੰਟਰਵਿਊ ਕਰਨ ਦਿਆ ਜੋ, ਹੁਣ ਤੁਸੀਂ ਕੋਈ ਬੰਦਾ ਐਡਾ ਤਗੜਾ, ਹੁਣ ਬੰਦਾ ਉਹਨੇ ਜਾ ਕੇ ਕਿਹਾ ਕਿ ਯਕੀਨ ਮੈਂ ਤੁਹਾਨੂੰ ਦਿੰਦਾ ਹਾਂ। ਹੁਣ ਜੇ ਅਸੀਂ ਉਹਦਾ ਯਕੀਨ ਮੰਨ ਕੇ ਆ ਗਏ ਕਿ ਯਾਰ ਸਾਡਾ ਰਾਜ ਨੇ ਜਦੋਂ ਕਹਿਤਾ ਆ, ਐਡੇ ਵੱਡੇ ਬੰਦੇ ਨੇ ਕਹਿਤਾ ਕਿ ਜੇ ਤੁਹਾਡੀ ਅਸੀਂ ਗੱਲ ਮੰਨਦੇ ਸਾਡਾ ਉੱਥੇ ਬਹਿਣ ਦਾ, ਫਿਰ ਲੋਕਾਂ ਨੇ ਵਿਰੋਧ ਕਰਨਾ ਕਿ ਇਹ ਜੱਟ ਆਕੜ ਦੇ ਹੰਕਾਰ ਦੇ ਮਾਰੇ ਬੈਠੇ ਆ ਇੱਥੇ, ਫਿਰ ਅਸੀਂ ਉਹ ਚੀਜ਼ ਸੋਚੀ ਕਿ ਚਲੋ ਉੱਠ ਕੇ ਆ ਜਾਂਦੇ ਹਾਂ। ਫਿਰ ਇਹਨੇ ਹੁਣ ਜਿਹੜਾ ਉੱਥੇ ਲਖੀਮਪੁਰ ਖੇਰੀ ਦੇ ਵਿੱਚ ਹੋਇਆ ਕੰਮ, ਉਹ ਐਮ ਐਲ ਏ ਨੂੰ ਫਿਰ ਟਿਕਟ ਦਿੱਤੀ ਆ, ਅਤੇ ਇੱਥੋਂ ਹਿਸਾਬ ਲੱਗ ਜਾਂਦਾ ਕਿ ਕੀ ਇਹਦੀਆਂ ਸੋਚ ਆ ਅਤੇ ਕੀ ਇਹਦੀ ਨੀਤ ਆ। ਪਹਿਲਾਂ ਤਾਂ ਸੁਣਨ 'ਚ ਆਇਆ ਸੀ ਕਿ ਵੀ ਆਗੂ ਅੱਗੇ ਜਿਹੜੇ
ਜਥੇਬੰਦੀਆਂ 'ਚ ਹੁਣ ਨਹੀਂ ਸ਼ਮੂਲੀਅਤ ਕਰ ਰਹੇ ਆਪਣੇ ਇੱਥੇ, ਵੀ ਉਹ ਜਿਹੜੇ ਉੱਠ ਕੇ ਆ ਗਏ ਸੀਗੇ ਵੀ ਉਹ ਵਿਕ ਗਏ ਸੀਗੇ, ਕੀ ਗੱਲ ਸੱਚ ਹੈ ਇਹ? ਵੀਰ ਜੀ ਵੇਖੋ, ਵਿਕਦਾ ਤੇ ਕਿਸੇ ਦਾ ਵੀ ਆ, ਜਿਹੜੇ ਬੈਠੇ ਆ ਨਾ ਵਿਚਾਰੇ ਆਪਣੇ ਹੌਸਲਿਆਂ ਦੇ ਸਿਰ ਤੇ ਬੈਠੇ ਆ, ਉਹਨਾਂ ਨੇ ਵੀ ਗਾੜੀ ਚਲੋ ਜੋ ਕਰਕੇ ਠੀਕ ਆ, ਹੁਣ ਆਪਾਂ ਇੱਕ ਨਵੇਂ ਸਿਰੋਂ ਆਪਾਂ ਕਿਸਾਨ ਬੈਠੇ ਨਾ ਵਿਚਾਰੇ ਮਾੜਿਆਂ ਗਰੀਬਾਂ ਘਰਾਂ ਦੇ, ਇਹਨਾਂ ਦੀ ਸਾਰ ਤੁਹਾਡੇ ਹੱਥ ਜੋੜ ਕੇ ਗਾੜੀ ਬੇਨਤੀ ਕਰਦੇ ਆ ਕਿ ਇਹਨਾਂ ਦੀ ਲੈ ਲਓ, ਜੇ ਤੁਹਾਡੇ ਕੋਲ ਪਾਵਰ ਹੈਗੀ ਤੇ ਤੁਸੀਂ ਆਪਣੀ ਪਾਵਰ ਦਾ ਸਹੀ ਇਸਤੇਮਾਲ ਕਰਕੇ ਉਹ ਜਥੇਬੰਦੀਆਂ ਨੂੰ ਨਾਲ ਜੋੜ ਕੇ ਵਿਖਾ ਦਈਏ ਕਿ ਆਪਾਂ ਸ਼ਾਂਤਮਈ ਬਹਿਣਾ ਆ, ਕੀ ਕਰਨਾ ਆ। ਜੇ ਸੰਯੁਕਤ ਮੋਰਚਾ ਪਿਛਲੀ ਵਾਰੀ ਕਾਲ ਦਿੰਦਾ ਤੇ ਸੰਯੁਕਤ ਮੋਰਚੇ ਦੀ ਕਾਲ ਨੂੰ ਹੀ ਸਿਰ ਮੱਥੇ ਲੈ ਕੇ ਕੰਮ ਕਰਦੇ ਹਾਂ, ਤੇ ਹੁਣ ਇਹਨਾਂ ਦੇ ਗਾੜੀ ਤੇ ਉਹੀ ਬੇਨਤੀ ਆ ਸਾਡੀ ਕਿ ਸਾਡਾ ਸਾਥ ਦੇਣ, ਵੱਧ ਤੋਂ ਵੱਧ ਜਥੇਬੰਦੀਆਂ ਇਕੱਠੀਆਂ ਹੋਣ, ਇੱਕਜੁੱਟ ਹੋਣ ਤੇ ਮੁੱਠ ਬਣੀ, ਆਪਾਂ ਨਾ ਇਹ ਚੀਜ਼ਾਂ ਦੇ ਵਿੱਚ ਪਈਏ ਕਿ ਪੰਧੇਰ ਨੇ ਕੀ ਕਹਿ ਤਾ ਤੇ ਡੱਲੇ ਵਾਲ ਨੇ ਕੀ ਕਹਿ ਤਾ ਤੇ ਕਿਸਾਨ ਉਹ ਦੂਜਿਆਂ ਨੇ ਕੀ ਕਹਿ ਤਾ ਆ, ਛੋਟੀਆਂ ਮੋਟੀਆਂ ਜੁੜੀਆਂ ਨੇ, ਇਹ ਚੀਜ਼ਾਂ ਦੇ ਵਿੱਚ ਨਾ ਪਈਏ ਆਪਾਂ। ਇਹੋ ਹੀ ਬੇਨਤੀ ਆ ਮੇਰੀ ਤੇ ਵੀਰ ਜੀ। ਧੰਨਵਾਦ ਧੰਨਵਾਦ ਵੀਰ ਜੀ, ਇਹੋ ਜਿਹੀ ਜਾਣਕਾਰੀ ਲੈ ਕੇ ਤੁਹਾਡੇ ਕੋਲ ਆਉਂਦੇ ਰਹਾਂਗੇ। ਧੰਨਵਾਦ।